ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਭਾਈ ਕੁਲਵੰਤ ਕੰਤੀ ਤਾਜੂਕੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਵੀ ਦੇਖੋ ਪਹਿਲਾਂ ਤਾਂ ਨਦਨ ਦੇ ਟੂਰਨਾਮੈਂਟ ਹੁੰਦੇ ਸੀ ਫਿਰ ਦੋ ਦੇ ਹੁਣ ਇੱਕ ਦਿਨ ਦਾ ਟੂਰਨਾਮੈਂਟ ਹੋਣ ਲੱਗਿਆ ਇੱਕ ਦਾ ਵੀ ਕੁਝ ਘੰਟਿਆਂ ਦੀ ਹੋਣ ਲੱਗ ਗਈ ਅਗਲਾ ਕਹਿੰਦਾ ਕੱਲਾ ਓਪਨ ਕਰਾਉਣੀ ਆ ਓਪਨ ਜੀ ਅਸੀਂ ਕੱਲੇ ਨਜ਼ਾਰੇ ਲੈਣੇ ਆ ਜਾਂ ਅਗਲੀ ਅਕੈਡਮੀਆ ਕਰਾਉਣੀ ਆ ਨਹੀਂ ਉਹ ਚ ਨਜ਼ਾਰੇ ਲੈਣੇ ਆ ਮੈਂ ਇਹ ਨਹੀਂ ਕਿਸੇ ਨੂੰ ਕਹਿੰਦਾ ਚਾਹੇ ਓਪਨ ਕਰਵਾਓ ਚਾਹੇ ਅਕੈਡਮੀਆ ਕਰੋ ਪਰ ਜਿਹੜੇ ਛੋਟੇ ਪਲੇਅਰ ਆ ਬਾਈ 35 42 52 ਕਿਲੋ 55 ਵਾਲੇ 65 ਵਾਲੇ ਵਿਚਾਰੇ 70 ਵਾਲੇ ਜੇ ਆਪਾਂ ਕੱਲੀ ਓਪਨੀ ਕਰਵਾਉਣਗੇ ਉਹ ਕਿੱਧਰ ਜਾਣਗੇ ਉਹਨਾਂ ਨੂੰ ਵੀ ਵੀਰ ਬਣ ਕੇ ਬੇਨਤੀ ਵੀ ਥੋੜੀ سپورਟ ਦੋ ਛੋਟੇ ਬੱਚੇ ਆ ਬਹੁਤ ਵਿਚਾਰੇ ਬੜਾ ਸੋਹਣਾ ਖੇਡਦੇ ਆ ਹਰ ਇੱਕ ਵਜਨ ਦੇ ਵਿੱਚ ਵਿਚਾਰੇ ਨਾਲ ਇਹ ਗੱਲ ਨਹੀਂ ਚਾਹੇ ਜਿੰਨੀ ਮਰਜ਼ੀ ਸ਼ਰਦੀ ਹੈ ਜਿੰਨੀ ਮਰਜ਼ੀ ਗਰਮੀ ਆ ਉਹ ਬੰਦਿਆਂ ਨੇ 8 9 ਵਜੇ ਨੂੰ ਆ ਕੇ ਕਲੱਬ ਕੋਲੇ ਖੜ ਜਾਣਾ ਐਂਟਰੀ ਕਰਾ ਦੇ ਜੀ ਟੀਮ ਮੈਂ ਨਹੀਂ ਕਹਿੰਦਾ ਹੁੰਦਾ ਵੀਰਾਂ ਕਿ ਜਿਹੜਾ ਮਰਜ਼ੀ ਤੁਸੀਂ ਵਜਨ ਕਰਵਾਓ ਓਪਨ ਕਰਵਾਓ ਔਰ ਉਹਦੇ ਵਿੱਚ ਇੱਕੋ ਹੀ ਚੀਜ਼ ਦੀ ਬਹੁਤ ਦੁੱਖ ਹੋ ਜਾਂਦਾ ਜਦੋਂ ਕਿ ਓਪਨ ਵਾਲਿਆਂ ਨੂੰ ਤਾਂ ਅਸੀਂ 70 7000 80 8000 90 9000 ਰੁਪਏ 50 5000 ਰੁਪਏ ਕਰਾਇਆ ਦਈਏ ਨੇ ਉਹ ਬਜਾਰੇ 70 75 ਵਾਲੇ ਮੁੰਡੇ ਨੇ ਜਾਂ 65 ਵਾਲੇ ਉਹਨਾਂ ਨੂੰ ਐਂਟਰੀ ਚ ਇੱਕ ਵੀ ਨਹੀਂ ਮਾਫ ਕਰਦੇ ਕਾਰਨ ਕਿ ਅਸੀਂ ਕਹਿੰਨੇ ਵੀ ਓਪਨ ਹੀ ਗੱਲੀ ਕਰਵਾਉਣੀ ਹੈ ਜੇ ਕੱਲੇ ਓਪਨ ਹੀ ਕਰਵਾਈ ਜਾਉਗੇ ਕੱਲੇ ਓਪਨ ਵਾਲੇ ਪਲੇਅਰ ਕਿੱਥੋਂ ਪੈਦਾ ਹੋਣਗੇ ਜੇ ਕਣ ਕਬੀਜਾਂਗੇ ਫੇਰ ਹੀ ਆ ਕੇ ਉਹਦੇ ਬੱਲੀਆਂ ਦੇ ਵੱਡੇ ਝਾੜਦੀ ਆਸੋ ਜੇ ਆਪਣੀ ਪਨੀਰੀ ਨਹੀਂ ਆਪਣੇ ਕੋਲੇ ਰਹੀ ਮੈਂ ਬਹੁਤ ਟੂਰਨਾਮੈਂਟ ਅੱਜ ਨੇ ਛੋੜੇ ਜਵਾਕ ਆ ਬਚਾਰੀ 65 ਵਾਲੀ ਮੈਨੂੰ 77 ਵਾਲੀ ਛੋੜੇ ਵਜਨ ਮੈਨੂੰ ਵੀਰ ਮੁੰਡੇ ਕਹਿੰਦੇ ਹੁੰਦੇ ਆ ਖੇਡਣ ਵਾਲੇ ਖੜਿਆਰੀ ਬਾਈ ਸਾਡੇ ਬਾਰੇ ਵੀ ਕਿਹਾ ਕਰੋ ਫਿਰ ਇਹ ਗੱਲ ਨਹੀਂ ਹੁੰਦੀ ਕਲੱਬ ਵਾਲੇ ਵੀਰਾਂ ਨੂੰ ਕਿਉਂਕਿ ਉਹਨਾਂ ਨੂੰ ਤਾਂ ਅਸੀਂ 12 12 15 15 18 18 ਕੌਡੀਆਂ ਦੇ ਕੇ ਉਹਨਾਂ ਦਾ ਕਿਹੜੀ ਸਗੜੀ ਜਨੇ ਦਪਹਿਰੇ ਤੇ 4 ਵਜੇ ਤੋਂ ਬਾਅਦ 5 ਵਜੇ ਤੋਂ ਬਾਅਦ ਓਪਨ ਵਾਲ ਨੂੰ 5 5 7 7 ਕੌਡੀਆਂ ਦੇਣਾ ਕਾਰਨ ਕਿ ਉਹ ਆਉਂਦੀ 4 ਵਜੇ ਤੋਂ ਬਾਅਦ ਆ ਕਲੱਬ ਵਾਲੇ ਵੀਰਾਂ ਨੂੰ ਇੱਕ ਮੇਰੀ ਬੇਨਤੀ ਹੱਥ ਜੋੜ ਕੇ ਸ਼ਡਿਊਲ ਬਣਾਓ ਕੋਈ ਟਾਈ ਜੇ ਹਨੇਰੇ ਨੂੰ ਕੰਟਰੋਲ ਕਰਨਾ ਪਲੀਜ਼ 7:30 ਵਜੇ ਨੂੰ 7 ਵਜੇ ਨੂੰ ਫਾਈਨਲ ਮੈਚ ਕਰਵਾ ਦਿਓ ਜਦੋਂ ਹਨੇਰਾ ਹੁੰਦਾ ਬਹੁਤ ਔਖਾ ਹੁੰਦਾ ਟੀਮਾਂ ਵਾਲਿਆਂ ਨੂੰ ਵੀ ਬੇਨਤੀ ਹੱਥ ਛੱਡ ਕੇ ਮੇਰੇ ਪਲੇਅਰਾਂ ਨੂੰ ਭਾਈਆਂ ਕਿ ਜੇ ਨਹੀਂ ਤੁਸੀਂ ਮੇਰੇ ਭਰਾਗੇ ਵੀ ਉਹ ਵੀ ਟਾਈਮ ਨਾਲ ਜਿਹੜੀਆਂ ਟੀਮਾਂ ਵਾਲੇ ਪਲੇਅਰ ਨੇ ਆ ਜਾਇਆ ਕਰੋ ਇਹ ਗੱਲ ਨਹੀਂ ਹੁੰਦੀ ਤੁਸੀਂ ਤਿੰਨ ਤਿੰਨ ਪਿੰਡਾਂ ਦੇ ਵਿੱਚ ਖੇਢੀ ਜਾਂਦੇ ਹੋ ਉੱਥੇ ਟੀਮ ਐਂਟਰ ਕਰਾ ਦੇਣ ਉਹਥੇ ਹਾਰ ਜਿਓ ਉਥੋਂ ਟੀਮ ਐਂਟਰ ਕਰਾ ਕੇ ਹੋਰ ਪਿੰਡ 'ਚ ਖੇਡਦੇ ਹੋ ਪਰ ਉੱਥੇ ਬਹੁਤ ਦੁੱਖ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਇੱਕ ਟੀਮ ਦੀ ਖਾਤਰ ਲੋਕ ਸਾਰਾ ਟੂਰਨਾਮੈਂਟ ਦੀ ਸਿਸਟਮ ਇਹ ਲੈ ਜਾਂਦੇ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਸਪੋਰਟ ਦਿਆ ਕਰੋ ਇਹ ਗੱਲ ਨਹੀਂ ਵੀ ਇੱਕ ਟੀਮ ਨੂੰ ਜ਼ਿਆਦਾ ਕਰਾਇਆ ਦੇਣਾ ਇੱਕ ਨੂੰ ਵਿਚਾਰਿਆਂ ਨੂੰ ਐਂਟਰੀ ਵਾਪਸ ਵੀ ਨਹੀਂ ਕਰਨੀ ਉਹ ਬੰਦਾ ਕਿੱਥੋਂ ਤੱਕੜਿਆ ਹੋਊਗਾ ਜਿਹੜਾ ਰੋਜ਼ ਬੰਦਾ 5-700 ਰੁਪਏ ਵਿਚਾਰੇ ਜਿਹੜੇ ਗੱਡੀ ਵਾਲੇ ਲਾ ਕੇ ਜਾਂਦੇ ਆ ਗੱਡੀ ਦਾ ਖਰਚਾ ਹੋ ਜਾਂਦਾ 1000-1500 ਰੁਪਏ ਉਹ ਬੰਦੇ ਕਿੱਥੋਂ ਕਿਉਂਕਿ ਉਹਨਾਂ ਦੀ ਥੋੜੀ ਥੋੜੀ ਮਦਦ ਕਰਿਆ ਕਰੋ ਕਰਾਇਆ ਦੇਣਾ ਤਾਂ ਵੀਰ ਵਾਂ ਕੇ ਸਾਰੀਆਂ ਟੀਮਾਂ ਨੂੰ ਦਿਆ ਕਰੋ ਮੇਰੀ ਹੱਥ ਛੁੜ ਕੇ ਬੇਨਤੀ ਹੈ ਇਹ ਨਾ ਸੋਚਿਆ ਕਰੋ ਵੀ ਅਸੀਂ ਤਿੰਨ ਚਾਰ ਟੀਮਾਂ ਤਕੜੀਆਂ ਸੱਦਣੀਆਂ ਉੱਧ ਨਜਾ ਟੀਮਾਂ ਦੇ ਨਾਲ ਕਿਉਂਕਿ ਜਿਹੜੇ ਦੂਜੇ ਮੁੰਡੇ ਖੇਡਣ ਆਏ ਉਹਨਾਂ ਦੀ ਵੀ ਮੜੀ ਸਪੋਰਟ ਕਰਕਰ ਮੇਰੀ ਵੀ ਬੀਰਾਂ ਬੇਨਤੀ ਹੱਥ ਛੁਰਕੀ ਮੈਂ ਤਾਂ ਇਹੀ ਕਲੱਬ ਵਾਲਿਆਂ ਨੂੰ ਬੇਨਤੀ ਕਰਦਾ ਬਾਕੀ ਭ੍ਰਮਣ ਨਹੀਂ ਨਾ ਮੁੰਡੇ ਤੁਹਾਡੀ ਮਰਜ਼ੀ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਕਬੱਡੀ ਨੂੰ ਪਿਆਰ ਕਰਦੇ ਸਾਰੇ ਕਮੈਂਡੇਟਰ ਰੈਫਰੀ ਸਾਡੇ ਪ੍ਰਮੋਟਰ ਬਾਈ ਇੱਕ ਪ੍ਰਮੋਟਰਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਰੀਡਰ ਜਾਂ ਜਾਫੀ ਦੇ ਉੱਤੇ ਓਪਨ ਜੇ ਅਕੈਡਮੀਆ ਦੇ ਵਿੱਚ ਤੁਸੀਂ ਬਹੁਤ ਪਹਿਲ ਲਾਉਣਿਓ ਪਰ ਇੱਕ ਬੇਨਤੀ ਹੈ ਜਿਹੜੇ 75 72 ਵਾਲੇ ਨਾ ਮੁੰਡੇ 70 ਵਾਲੇ ਵਿਚਾਰੇ ਉਹਨਾਂ ਨੂੰ ਕੋਈ ਦਾਹਰ ਵੀ ਨਹੀਂ ਕੱਢਦਾ ਕਈ ਟੂਰਨਾਮੈਂਟਾਂ ਦੇ ਉਹਨਾਂ ਨੂੰ ਵਿਚਾਰੋਂ ਦਾਹਰ ਪੀ ਨਹੀਂ ਦਿੰਦੇ ਨਾਲੇ ਸਭ ਤੋਂ ਤੱਕ ਤਗੜੇ ਮੈਚ ਉਹਨਾਂ ਦੇ ਲੱਗਦੇ ਯਾਰ ਉਹਨਾਂ ਮੁੰਡਿਆਂ ਦੀ ਵੀ ਮਦਦ ਕਰਿਆ ਕਰੋ ਮੇਰੀ ਪ੍ਰਮੋਟਰਾਂ ਨੂੰ ਬੇਨਤੀ ਹੈ ਬਾਈ ਜਨਕੀ ਦੇ ਦੇਖੋ ਅਸੀਂ ਕੋਈ ਬਾਹਲੇ ਤਗੜੇ ਬੁਲਾ ਰਹੇ ਨਹੀਂ ਇਹ ਕਾਮ ਦੇਸੀ ਜੇ ਬੰਦੇ ਆ ਹੱਥ ਜੋੜ ਕੇ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਤੁਸੀਂ ਉਹਨਾਂ ਦੀ ਵੀ ਜ਼ਰੂਰ ਮਦਦ ਕਰਿਆ ਕਰੋ ਛੋਟੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਤਕੜਾ ਹੋ ਜਾਂਦੇ ਹੋਰ ਕਿਉਂਕਿ ਜੇ ਆਪਾਂ ਵੱਡਿਆਂ ਦੀ ਮਦਦ ਤਗੜਿਆਂ ਦੀ ਤਕੜਾ ਮਦਦ ਕਰੀ ਗਿਆ ਤਾਂ ਉਹਨਾਂ ਨੂੰ ਵਿਚਾਰਾਂ ਨੂੰ ਕਿੱਥੇ ਇਹਦਾ ਕਬੱਡੀ ਦੇ ਵਿੱਚੋਂ ਕਿਉਂਕਿ ਉਹਨਾਂ ਦਾ ਜਿਹੜਾ ਸੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ